चल 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 पच गए पच गए। चलो रे गया मेरा। मित्रों कद्दू करना आया हैरी के खेतां जा रहे हैं। आ टैलां बीज चली है पहला माड़ी। मैं तो वीडियो ऑन ही नहीं की थी। भाई मैं कह रहा सीगा, मैं काफी बार बोल गया, पहला मैं वीडियो ऑन करनी भूल गया। मैं कहा भी इधर सारे झोना बीजता, इधर हजे सुहागा करना रह गया, कला कर रहे हैं तो आप खा रही जामना इतों तोड़ के। तो हैरी मैंने माड़ा छड़न नहीं, आप स्कूटरी छड़न चले थे फैक्टरी, तो स्कूटरी छड़ के फिर आप पिछे लंबे पवोंगे, नज़ारे आऊगा फुल। चल माड़ा जा कर दी आ भाई। हो गए मुंडे तैयार, कबड्डिया पाया जी कबड्डिया। मौसम भी बड़ा घेंट हो रहा, बदल बुदल पूरा है, इधर इधर नहीं है, इधर है पूरा बदल। दिखा ला। ओ हो चल 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 पच गए पच गए। ओहो चलो लंबे पैने वे पिछे पैने लंबे। जा भज के सुहागा फट, भज के जा भज के जा भज के बढ़ दें। एक मिनट वो बढ़ा सुहागा फटदा सुहागा वे फट 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 भज के चल। चज ना फट चज ना। नजारे इदा ही आप करना हूँ, देखी चले हो उधर वीडियो वीडियो बीरा भी आप फोन बीड़े बढ़ा देना। फुल नजारे लुटने पर फुल नजारे पुठा हो जा तू ही बने हो जा। मार 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 उन्हें मार। ओए फोन दे ना मारी, फोन तो ना मारी, फोन तो ना मारी। तो आगे दे आपा इतना हूं आ जाए फिर इधर जनू आ जाए, मैं बह जाना उपर ही फोन च ना, बाकी पानी ना पै जाए। फोन अपना कंडम ही है थोड़ा जहा। एक तो है जवाक फोन को, जवाक को फोन किधर गया, मेरे हाथ भी गंदे हो गए। बाकी मीह आने लग गया भाई। ओहो मीह आ गया, मैं भी पिछले लटके देखना वीडियो बनाई। ओए भाई मीह आ गया, एक मिनट रुक जाओ पिछे आप भी लिना हूं। चल 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 दोबारे कर दोबारे 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 हैरी चेक। ओ कुछ नहीं हुंदा, चल 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 चक कुछ नहीं हुंदा, चक ला चक ला चक ला चक ला चक ला चक। मित्रों ब्लॉग बनाना बेरे आ फड़ो मेरे नजर मारी तेन दस दी गल, आ भी देख लो पूरा लिबड़िया पाया, मीह भी आ गया थोड़ा थोड़ा
ਤੇ ਮੈਂ ਵੀ ਨਿਪਣਿਆ ਪਿਆ ਮੂੰਹ ਆ ਮੈਂ ਆਪਣਾ ਧੋਤਾ ਤੇ ਮਾਰੀ ਨਾ ਮਾਰੀ ਨਾ ਇਹ ਤਾਂ ਮੈਂ ਵੀ ਮਾਰੂੰ ਤੂੰ ਵੀ ਨਾ ਮਾਰੀ ਤੇ ਸਾਰਾ ਖੂਨ ਸਾਰਾ ਫੇਰ ਲਪੇਟਤਾ ਹਾਲਿਆਂ ਨੂੰ ਮਸਾ ਖੂਨ ਸਾਫ਼ ਕਰੀਦਾ ਉਹ ਹੈਰੀ ਮੇਰੇ 'ਤੇ ਨਾ ਮਾਰਿਆ ਠੱਗ ਗਿਆ ਮੈਂ ਤਾਂ ਹਵਾ ਵੀ ਚੱਲ ਪਿਆ ਥੋੜ੍ਹੀ ਥੋੜ੍ਹੀ ਨਜ਼ਾਰਾ ਫੁੱਲ ਆਊਗਾ ਹੁਣ ਉਹਨੂੰ ਲਪੇੜਨਾ ਲਾਈਨ ਬਣਾ ਕੇ ਉਹ ਜਿਹੜਾ ਸਾਹਮਣੇ ਫਿਰਦਾ ਉਹਦੇ ਬਾਕੀ ਮੈਂ ਮਾੜਾ ਜਿਹਾ ਫੋਨ ਸਾਫ਼ ਕਰਨਾ ਵਾ ਬਹੁਤ ਗੰਦਾ ਚੜ ਮਾਰ ਮਾਰ ਜੇ ਥੱਲੇ ਕੋਈ ਰੋੜਾ ਰਾੜਾ ਹੋਇਆ ਨਾ ਵਿਚਾਲਿਓ ਜੀ ਫਟ ਜਾਣੀ ਤੇਰੀ ਵਿਚਾਲਿਓ ਜੀ ਇਹ ਕਰੀ ਹੋਰ ਕੋਈ ਸਟੰਟ ਜਿਹੜਾ ਪੁੱਠੀਆਂ ਵਾਲੀਆਂ ਮਾਰਦਾ ਜੀ ਪਰ ਮਾਰ 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 ਕੌਣ ਨਹੀਂ ਹੁੰਦਾ ਮਾਰ ਉਹ ਨਹੀਂ ਨਹੀਂ ਐਂ ਜਿਹੜਾ ਐਂ ਟੇਢਾ ਹੋ ਕੇ ਜਾਂਦਾ ਹੁੰਦਾ ਜੀਗਾ ਉਹ ਲਾ ਮਾਰ ਬਾਕੀ ਬਾਈ ਇਹਨਾਂ ਨੇ ਨਾ ਮੈਨੂੰ ਇਹਦੇ ਵਿੱਚ ਕੀ ਕਹਿੰਦੇ ਆ ਸਟੈਚੂ ਬਣਾਤਾ ਸੀਗਾ ਪੂਰਾ ਮੈਂ ਬੱਚੇ ਵਿਪੜ ਗਿਆ ਸੀ ਇਹਨਾਂ ਨੇ ਉੱਪਰ ਦੀ ਮਿੱਟੀ ਦਾ ਕੁਛ ਹੋਰ ਵੀ ਬਣਾਤਾ ਸੀਗਾ ਹੈ ਨਾ ਜਿਹੜੇ ਕੋਲ ਨਹੀਂ ਵੀ ਦਿਖਾ ਸਕਦੇ ਸੀਗੇ ਅਸਤੋ ਸ਼ਸਤਰ ਬਣਾਤਾ ਸੀ ਇਹਨਾਂ ਨੇ ਮਾਰੀ ਨਾ ਖੂਨ ਕਿੱਦਾਂ ਹੋ ਜਾਣਾ ਪਹਿਲਾਂ ਹੀ ਬਹੁਤ ਪਾਣੀ ਪੈ ਗਿਆ ਬਈ ਕੱਦੂ ਹੋ ਗਿਆ ਹੁਣ ਬਸ ਉੱਥੇ ਜਾ ਕੇ ਟਰੈਕਟਰ ਲਾ ਹੀ ਦੇਣਾ ਵਾ ਕੱਦੂ ਹੋ ਗਿਆ ਬਾਕੀ ਵੀਰਾ ਸੈਡ ਸੌਂਗ ਸੁਣਨ ਲੱਗਿਆ ਹੋਇਆ ਵਾ ਪੂਰੇ ਸੈਡ ਸੌਂਗ ਰਹਿ ਗਏ ਚਲੋ ਨਵਾਂ ਟਰੈਕਟਰ ਆਇਆ ਪੂਰਾ ਹਾਲਤ ਦੇ ਦੋ ਦੀ ਕੀ ਹੋਈ ਕੱਦੂ ਜੁੜ ਤੁਹਾਨੂੰ ਪਤਾ ਹੀ ਆ ਹਾਲਤ ਕੀ ਹੋਈ ਆ ਮੁੜ ਕੇ ਜਿਹੜੇ ਚੂਨੇ ਚੂਨੇ ਬੀਜਿਆ ਗਿਆ ਬਸ ਫਿਰ ਇਹਨੇ ਧੋ ਕੇ ਇਹਨੂੰ ਅੰਦਰ ਲਾ ਦੇਣਾ ਵੀਰਾ ਕਹਿੰਦਾ ਚਿੱਤੜ ਮਾਰ ਜਾਣਗੇ ਵੀਰਾ ਕਹਿੰਦਾ ਜਿੱਥੇ ਬੈਠਾ ਨਾ ਉੱਥੇ ਚਿੱਤੜ ਫੜ ਜਾਣਗੇ ਵਿੱਚੋਂ ਜੀ ਖੋਭ ਕਹਿੰਦੇ ਸੁਹਾਗਾ ਨਿਕਲ ਜਾਣਾ ਜ਼ਿਆਦਾ ਇੱਧਰ ਹਜੇ ਹੋਇਆ ਨਹੀਂ ਕੱਦੂ ਹੈ ਨਾ ਇੱਧਰ ਖੋਣ ਵਾਲਾ ਹੈ ਨਾ ਹਜੇ ਕੱਦੂ ਇੱਧਰ ਹਜੇ ਕੱਦੂ ਹੋਣ ਵਾਲਾ ਵਾ ਸਾਰੇ 'ਚ ਉਹ ਸਾਰੇ 'ਚ ਮਤਲਬ ਕੱਦੂ ਹੋਣਾ ਅਤੇ ਇੱਧਰ ਕੱਲ੍ਹ ਨੂੰ ਨੀਰੀ ਬੀਜੀ ਜਾਊਗੀ ਅਤੇ ਬਾਕੀ ਲਾਈਟ ਚਲੇਗੀ ਹੁਣ ਦੇਖਦੇ ਹਾਂ ਕਿਵੇਂ ਕਰਨਾ ਕਿਵੇਂ ਨਹੀਂ ਥੋੜ੍ਹੀ ਜਿਹੀ ਕੁਆਲਿਟੀ ਖਰਾਬ ਹੋ ਗਈ ਹੋਊਗੀ ਕਿਉਂਕਿ ਮਿੱਟੀ ਦੇ ਕਰਕੇ ਇੱਕ ਮਿੰਟ ਸਾਫ਼ ਕਰ ਦਿੰਦਾ ਥੋੜ੍ਹਾ ਬਹੁਤ ਫਰਕ ਪਿਆ ਹੋਊਗਾ ਮਿੱਟੀ ਦੇ ਕਰਕੇ ਅਤੇ ਉੱਪਰ ਜੀ ਮੀਂਹ ਦੇ ਕਰਕੇ ਮੌਸਮ ਵੀ ਇੱਕ ਉਹੋ ਜਿਹਾ ਹੀ ਹੈਗਾ ਜਿਹਦੇ ਕਰਕੇ ਕੁਆਲਿਟੀ ਨਹੀਂ ਵਧੀਆ ਆ ਰਹੀ ਹੋਊਗੀ ਉਹ ਹੁਣ ਉੱਦਾਂ ਪਾਣੀ ਪਾਉਣਾ ਪੈਣਾ ਦੇਖ ਲਓ ਪੀਣ ਵਾਲਾ ਪਾਣੀ ਨਾ ਖਰਾਬ ਕਰਨਾ ਬਾਕੀ ਉੱਧਰ ਆਖਰੀ ਗੇੜੇ 'ਚ ਆਉਂਦੇ ਠੰਡਾ ਪਾਣੀ ਉਹ ਬਈ ਹੁਣ ਲਾਸਟ ਗੇੜਾ ਉਹਦਾ ਬਾਕੀ ਇਹੀ ਵੀ ਮੈਂ ਤਾਂ ਇਹਨਾਂ ਨੇ ਤਾਂ ਪਾਣੀ ਪੂਣੀ ਪਾਉਣਾ ਹੈ ਲੈ ਲੈ ਬਾਕੀ ਮੈਂ ਉੱਥੋਂ ਪਾਣੀ ਪੂਣੀ ਪਾ ਲਿਆ ਉਹਦੇ ਉੱਪਰ ਆਪਣਾ ਭਰ ਕੇ ਕਿਉਂਕਿ ਮੋਟਰਾਂ ਦੀ ਲਾਈਟ ਚਲੇਗੀ ਮੀਂਹ ਕਰਕੇ ਮੋਟਰਾਂ ਦੀ ਲਾਈਟ ਚਲੇਗੀ ਇਹ ਤਾਂ ਖਾਲ ਖੁਲ ਜੀ ਨਾਲੇ ਮੈਂ ਆਪਣੇ ਉੱਪਰ ਪਾਣੀ ਪਾ ਲਿਆ ਦੂਜੇ ਨਾਲ ਜਿਹੜਾ ਆਲੂ ਵਿੱਚ ਪਿਆ ਸੀਗਾ ਅਤੇ ਹੁਣ ਆਪਾਂ ਕੱਪੜੇ ਕੁਪੜੇ ਪਾਈਏ ਅਤੇ ਫਿਰ ਤਾਂ ਨਿਕਲਦੇ ਹਾਂ ਕਿਉਂਕਿ ਮੀਂਹ ਆਈ ਜਾਂਦਾ ਵਾ ਜੇ ਵੱਧ ਮੀਂਹ ਆ ਗਿਆ ਫਿਰ ਆਪਾਂ ਇੱਥੇ ਫਸ ਜਾਂਦੇ ਇਹ ਤਾਂ ਸਾਲਾ ਗਾਲਾਂ ਹੀ ਖਾਂਦਾ ਵਾ ਬਿਨਾਂ ਗਾਲਾਂ ਹੀ ਕੱਢੀਆਂ ਤੈਨੂੰ ਕਰੂਗਾ ਹੁਣ ਇਹਨੇ ਉੱਪਰ ਬਹਿ ਜਾਣਾ ਵਾ ਬਾਕੀ ਆਹ ਹੁਣ ਖੱਤੇ ਦਾ ਕੱਦੂ ਕਰਨ ਲੱਗਿਆ ਛੋਟਾ ਜਿਹਾ ਆ ਘੰਟੇ 5 ਕੁ ਵਜੇ ਤੱਕ ਹੋ ਜੂਗਾ ਆਰਾਮ ਨਾਲ ਬਾਕੀ ਹੁਣ ਇਹਨਾਂ ਨੇ ਖਿੱਚ ਲੈਣਾ ਵਾ ਮੈਂ ਹੁਣ ਦੁਬਾਰੇ ਬੜੇ ਇਹ ਪੈਰ ਪੂਰਾ ਆਪਾਂ ਧੋ ਲਾਂਗੇ ਇਹਨੇ ਇਹ ਨਾ ਜਦੋਂ ਦਾ ਵੀ ਆਇਆ ਗਾਲਾ ਹੀ ਖਾਂਦਾ ਵਾ ਹਾਂ ਬਾਕੀ ਯਾਰ ਹੁਣ ਘਰੋਂ ਵੀ ਫੋਨ ਆਉਣ ਲੱਗ ਗਏ ਆਪਾਂ ਚੱਲੀਏ ਅਤੇ ਫਿਰ ਲਾ ਦੇ ਨਾਲ ਲਾ ਦੇ ਤੇਰੇ 60 ਮਿੰਟ ਲੱਗ ਜਾਣੀ ਆ Thank you.
मैनू तो लगे ही भी घरे जाके ही नहाऊंगा मैं, पर इतने भी लाइट आ गई मोटर की, आलू भावे छोटा छोटा पर अपना कम साड़ जोड़ा, इन्ना ठंडा पानी ओह हो हो स्वाद आऊगा भाई स्वाद। ओहो मेरा शरीर देख रहा थोड़ा देख रहा, पानी बहुत ठंडा भाई, नज़ारेदार पानी है। हाँ मैं हम अंदर खिंच लिया, इधर वीरे होने भी बोला नज़ारे लै रहे गाने गुणा सुन रहे, चक पानी में पानी करता। ओहो तेरा सोनिए अच भाई, अज मूसे वाले का गाना आना, अच भाई मूसे वाले का गाना आना वा, कभी चोरनी गाना आना, बड़ा घना गाना होगा सुन के देखा गए दे किन्ने 6 बजे आना, हम 5 बज गए जे मतलब हूँ आ गया तो फिर ट्रैक्टर से लावे। फिर लो भाई आप कपड़े कुपड़े पा लिया, इन्ह ने हजे पाने, ये हजे नंगे ही फिरते आप हमने इतों चलते थोड़े टाइम से नीकर नुकर अपन सुकड़ियाँ बातियाँ वो पाइं, बाकी वीरे ने हम उधर सुहागा फेर देना तो उधरला कद्दू कंप्लीट हो जाना, इधर कलू पनीरी लग जड़ी आस, फिर हो चलते घर में तो हैरी अपन छड़े आऊगा तो वीरा मोटर मोटरसाइकिल लैके आऊगा तो जाए तो तुरकी चला गया नाल ही है फैक्ट्री बड़ा दूर भी नहीं है, तो फिर आप मिलते हैं थोड़े टाइम बेच। चलो भी मित्रों आप जामणा जूमणा खा लिया सीगियाँ बहुत, उधर लिफाफा भी भर लो सामने तो देख सकते हो, इतों तोड़ लिया काफ़ी टाइम चिल चुल किया, इतने गल्लां बातें मारियां चाह चूह पीतियां, देखो जिम्मे जूठे गिलास पे ने, तो हम आप इतों चलते हैं, मेरा फोन भी बंद होने वाला, हूँ देख लो हूँ सूरज भी निकलिया उदो मीह पैन लग गए ब्लॉग बनाते बनाते, अद्धिया क्लिपां मैं बनाइया भी नहीं है, इन्नी बुरी हालत हो गई। हूँ इतों बस हम आप चलीए तो चल के फिर आप ब्लॉग बंद करिए। लो भी लो सवेर के बजे हुए 3, सारी रात अं कम कर रही फैक्ट्री से, हूँ मैं चलो ब्लॉग जहाँ बना लिया कि नेरा होया पैन है, इतने सिर्फ कल अपनी लाइट मच दी है, न इधर किसी की लाइट न इधर किसी की लाइट, बाकी थोड़ा थोड़ा डर भी लगता हूँ क्योंकि एरिया है सुनना पिछले मशीन की आवाज़ आँगी होगी, और हजे भी चल रहे काम तो आप हजे भी कम करना अगे भी सारी रात जागना वा, तो कल आप जाना कॉलेज भी तो मैं नींद आ रही है पर कम तो करना जरूरी है ना वैसे ही यार। देखो कि नेरा होया दूर दूर तक, वो दूर जो एक लाइट दिख जाए, एक इधर दूर जो बार लाइट दिख जाए और कुछ तो नहीं लाइट दिख जी नेरा कि। चलो आप हम मिलते हैं थोड़ा टाइम से, आप सवेरे मिलना थोड़ा जो आप कॉलेज जाए। ओ बी लो मीह देख लो कि पैंता, सवेर के बज गए आ किन्ने बज गए पता नहीं किन्ने बज गए, गड्डी गुड्डिया कटते हैं जाना सीगा फैक्ट्री दुबारे घर आए थे हुणी हुणी, दूजी आ गड्डी लैके जानी है दूजी बार कटती, वो मेरे ने आप ही ला देनी अंदर, फिर आप देखिए अपना रिजल्ट का। रोक ला रोक ला, ओहो हो चलो 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 चलो, मेरा तो तौलिया तौलिया सारा गिला हो गया भाई, ओए आए हाय, पर सच्ची मीह च गड्डी चलाउण दा ना नज़ारा ही, रुक जा बस लग जानी है नाल, मीह च गड्डी चलाउण दा नज़ारा बहुत आउंदा भाई। चलो भी चलो चलो भी चलो, वो भी मित्रों आई सी जी अपना ब्लॉग, तो ब्लॉग जो वधिया लगे लाइक कर दो कमेंट कर दो सबसक्राइब करके जायो, क्योंकि यार मैं जरा पहला ब्लॉग पाया ना अमृतसर वाला मतलब पाया हुआ वा मेरा, तो वो यार तुम इन्ना बेकार रिस्पोंस दिता ना ब्लॉग में, गल छोड़ दो समझ लो 40 व्यू नहीं टप्पे वो 36 व्यू आया यार, प्लीज़ इन्ना कि कर दया करो, पहला गड्डी मोड़ दी पिप्पल उपर कुछ ना कुछ डिगदा ही रहा। अज की होया भाई, अज एक इन्ना क प्यारा जहा कुत्ता सीगा आलमगीर दे विच सीगा, लोग ना इन्ने क कुत्ते लोग ने किन्ने कोले बैठे रहे, किसे ने कुत्ते दी हेल्प नहीं की, वो बेचारा झा चौं चौं करे उहदे सिर विच ना उह हो गया सीगा, कीड़े पै जांदे ना कन्न कुन्न गल गए सी बेचारे दे, ते मैं पहला भी देखिया मैं क्या भी चल ऊं करदा होऊगा, जदों मैं कोले जाके कुत्ते नूं देखिया
ਉਹ ਵਿਚਾਰਾ ਇੰਨਾ ਕੁ ਮਾੜੀ ਹਾਲਤ ਚ ਸੀਗਾ, ਗੱਲ ਛੱਡ ਦੋ, ਵਿਚਾਰਾ ਰੋਂਦਾ ਸੀਗਾ ਰੋਂਦਾ। ਉਹ ਤਾਂ ਚਲੋ ਮੈਂ ਤੇ ਮੈਂ ਬਿਸਕੁਟ ਪਾਤੇ ਸੀਗੇ, ਫਿਰ ਮੈਂ ਕਿਹਾ ਵੀਰੇ ਨੂੰ ਹਾਕ ਮਾਰੀ ਤੇ ਉਹਨੇ ਉਹਦੇ ਕੋਲੇ ਨਾਲ ਦੇ ਘਰ ਚ ਸੀ, ਉਹਨੇ ਚਲੋ ਦਵਾਈ ਲਿਆ ਕੇ ਨਾ ਉਹਦੇ ਸਿਰ ਚ ਤਾਂ ਬਾਤ ਹੀ, ਪਰ ਉਹ ਵਿਚਾਰਾ ਕੁੱਤਾ ਬਾਹਲਾ ਟਾਈਮ ਉਹ ਕਿਉਂ ਬਾਹਲਾ ਟਾਈਮ ਹੋਰ ਕੱਢਿਆ ਨੀ, ਕਿਉਂਕਿ ਉਹਦਾ ਦਿਮਾਗ ਯਾਰ ਦਿਖਦਾ ਸੀਗਾ ਕੁੱਤੇ ਦਾ, ਵਿਚਾਰੇ ਦਾ ਮਰ ਗਿਆ। ਮੈਂ ਬੜਾ ਦੁੱਖ ਲੱਗ ਰਿਹਾ ਵਾ ਯਾਰ, ਲੋਕ ਵੀ ਸਾਲੇ ਨੇ ਕਿਸੇ ਨੇ ਜਾਨ ਨੀ ਬਚਾਈ ਵੀ ਕੁਛ ਉਹਨੂੰ ਦਵਾਈ ਦਵੂਈ ਪਾ ਦਿਓ, ਖਾਣ ਨੂੰ ਪਾ ਦਿਓ ਵਿਚਾਰਾ। ਚਲੋ ਜੀ ਹੁਣ ਆਪਾਂ ਚਲੋ ਜੀ ਲਾਈਕ ਕਰਕੇ ਜਾਇਓ ਵਲੌਗ ਨੂੰ, ਵੱਧ ਤੋਂ ਵੱਧ ਸ਼ੇਅਰ ਕਰਦੇ ਕਰੋ ਯਾਰ, ਤੁਸੀਂ ਸਕਿੱਪ ਬਹੁਤ ਕਰਦੇ ਹੋ, ਸਬਸਕ੍ਰਾਈਬ ਵੀ ਨਹੀਂ ਕਰਦੇ, ਸਬਸਕ੍ਰਾਈਬ ਕਰਕੇ ਜਾਇਆ ਕਰੋ ਬਸ, ਮੈਨੂੰ ਨਹੀਂ ਪਤਾ ਹੁਣ, ਤੁਸੀਂ ਕਰਕੇ ਜਾਇਆ ਕਰੋ ਬਸ।